ਹੈਲੋ ਐਵਰੀਵਨ, ਵੈਲਕਮ ਟੂ ਦ ਸੈਸ਼ਨ। ਅੱਜ ਦੀ ਕਲਾਸ ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8th ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਬੁੱਕ, ਤੇ ਉਹਦੇ ਵਿੱਚ ਸਿਵਿਕ ਸੈਕਸ਼ਨ ਚੈਪਟਰ ਨੰਬਰ 24 ਪਾਰਲੀਮੈਂਟ, ਜਿਹਨੂੰ ਆਪਾਂ ਸੰਸਦ ਕਹਿੰਦੇ ਆ, ਸਟਰਕਚਰ, ਰੋਲ ਐਂਡ ਇੰਪੋਰਟੈਂਸ ਬਾਰੇ ਪੜਾਂਗੇ। ਚੈਪਟਰ ਦੀ ਸਮਰੀ ਦੀ ਵੀਡੀਓ ਆਲਰੇਡੀ ਅਪਲੋਡਡ ਹੈ, ਉਹ ਜਾ ਕੇ ਤੁਸੀਂ ਦੇਖ ਸਕਦੇ ਹੋ। ਐਕਸਪਲੇਨਡ ਵੀਡੀਓ ਹੈਗੀ ਹੈ ਤੇ ਅੱਜ ਚਰਚਾ ਕਰਾਂਗੇ ਇੰਪੋਰਟੈਂਟ ਕੁਐਸਚਨ ਆਨਸਰਸ ਦੀ। ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਹਾਂ, ਆਮ ਤੌਰ ਤੇ ਜਦ ਪਾਰਲੀਮੈਂਟ ਦੇ ਦੋ ਹਾਊਸਿਸ ਬਾਰੇ ਪੁੱਛਿਆ ਜਾਂਦਾ, ਉਹ ਲੋਕ ਸਭਾ ਤੇ ਰਾਜ ਸਭਾ ਆ ਜਾਂਦੇ। ਲੋਕ ਸਭਾ ਨੂੰ ਲੋਅਰ ਹਾਊਸ ਕਿਹਾ ਜਾਂਦਾ ਹੈਗਾ ਜਾਂ ਫਿਰ ਕਿਹਾ ਜਾਂਦਾ ਹੈਗਾ ਹਾਊਸ ਆਫ ਪੀਪਲ, ਕਿਉਂਕਿ ਲੋਕ ਇੱਥੇ ਚੁਣਾਵ ਕਰਕੇ ਆਪਣੇ ਰਿਪ੍ਰੈਜ਼ੈਂਟੇਟਿਵਸ ਭੇਜਦੇ ਨੇ, ਜਿਨ੍ਹਾਂ ਨੂੰ ਆਪਾਂ MPs ਕਹਿੰਦੇ ਆ, ਤੇ ਰਾਜ ਸਭਾ ਨੂੰ ਅਪਰ ਹਾਊਸ ਕਿਹਾ ਜਾਂਦਾ। ਠੀਕ ਹੈ, 5 ਸਾਲ ਬਾਅਦ ਚੁਣਾਵ ਹੁੰਦੇ ਨੇ। ਸਿਰਫ ਲੋਕ ਸਭਾ ਦੀ ਗੱਲ ਕਰੀਏ, ਪਹਿਲਾ ਫਿਲ ਇਨ ਦਾ ਬਲੈਂਕ ਹੈਗਾ ਦਾ ਟੋਟਲ ਨੰਬਰ ਆਫ ਮੈਂਬਰਸ ਇਨ ਲੋਕ ਸਭਾ। ਇਸ ਲੋਕ ਸਭਾ ਦੇ ਵਿੱਚ ਕੁੱਲ ਗਿਣਤੀ ਕਿੰਨੀ ਹੈ ਮੈਂਬਰਾਂ ਦੀ? 545। ਦਾ ਟੋਟਲ ਨੰਬਰ ਆਫ ਮੈਂਬਰਸ ਇਨ ਰਾਜ ਸਭਾ, ਰਾਜ ਸਭਾ ਦੇ ਵਿੱਚ ਕੁੱਲ ਗਿਣਤੀ ਹੈਗੀ ਆ 250। ਠੀਕ ਹੈ, ਜਿਹਦਾ ਵਿੱਚੋਂ 238 ਜਿਹੜੇ ਨੇ ਉਹ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਤੋਂ ਆਉਂਦੇ ਨੇ, ਤੇ ਜਿਹੜੇ ਬਾਕੀ ਦੇ 12 ਮੈਂਬਰ ਨੇ ਉਹ ਪ੍ਰੈਜ਼ੀਡੈਂਟ ਅਪੁਆਇੰਟ ਕਰਦੇ ਨੇ। ਜੇ ਕਿਸੇ ਬੰਦੇ ਨੇ ਕੁਝ ਮਹਾਨ ਕੰਮ ਕੀਤਾ ਹੁੰਦਾ ਹੈ ਲਿਟਰੇਚਰ ਦੇ ਵਿੱਚ, ਸੋਸ਼ਲ ਸਰਵਿਸ ਦੇ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਆਰਟਸ ਦੇ ਵਿੱਚ, ਸਾਇੰਸ ਦੇ ਵਿੱਚ, ਇਹਦੇ ਵਿੱਚ ਸਪੋਰਟਸ ਨਹੀਂ ਇਨਕਲੂਡਡ। ਡੈਸ਼ ਮੈਂਬਰਸ ਆਰ ਇਲੈਕਟਿਡ ਫੋਰ ਦ ਲੋਕ ਸਭਾ ਫਰੋਮ ਪੰਜਾਬ। ਪੰਜਾਬ ਵਿੱਚੋਂ ਕਿੰਨੇ ਮੈਂਬਰ ਨੇ ਲੋਕ ਸਭਾ ਦੇ ਵਿੱਚ? 13। ਡੈਸ਼ ਈਅਰਸ ਆਫ ਏਜ ਇਜ਼ ਨੈਸੈਸਰੀ ਟੂ ਬਿਕਮ ਦ ਪ੍ਰੈਜ਼ੀਡੈਂਟ ਆਫ ਇੰਡੀਆ। ਪ੍ਰੈਜ਼ੀਡੈਂਟ ਬਣਨ ਦੇ ਲਈ ਘੱਟ ਤੋਂ ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਇਜ਼ ਆਲਸੋ ਨੋਨ ਐਸ ਡੈਮੋਕ੍ਰੈਟਿਕ ਫਾਰਮ, ਕਿਉਂਕਿ ਉੱਥੇ ਲੋਕਤੰਤਰ ਹੁੰਦਾ ਹੈਗਾ ਜਿਹਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ। ਤਾਂ ਫਾਈਨਾਂਸ ਬਿੱਲ ਕੈਨ ਓਨਲੀ ਬੀ ਪ੍ਰੈਜ਼ੈਂਟਡ ਇਨ ਦ ਲੋਕ ਸਭਾ। ਬੁੱਕ ਦੇ ਵਿੱਚ ਨਹੀਂ ਦਿੱਤਾ ਹੋਇਆ, ਪਰ ਪੈਸੇ ਤੋਂ ਲੈਣ ਦੇਣ ਜਿਹੜਾ ਵੀ ਬਿੱਲ ਹੁੰਦਾ, ਪ੍ਰਪੋਜ਼ਲ ਹੁੰਦਾ, ਉਹ ਲੋਕ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ। ਅੱਗੇ ਸਹੀ ਆ ਗਲਤ ਦੱਸਣਾ। 1/3 ਆਫ ਦ ਮੈਂਬਰਸ ਆਫ ਰਾਜ ਸਭਾ ਰਿਟਾਇਰ ਐਵਰੀ 2 ਈਅਰਸ। ਇਹ ਮੈਂ ਤੁਹਾਨੂੰ ਚੈਪਟਰ ਜਦ ਸਮਝਾਇਆ ਸੀ ਉਹਦੇ ਵਿੱਚ ਦੱਸਿਆ ਸੀ ਵੀ ਡਾਇਰੈਕਟ ਚੁਣਾਵ ਨਹੀਂ ਹੁੰਦੇ ਰਾਜ ਸਭਾ ਦੇ, ਸਟੇਟਸ ਤੋਂ ਜਿਹੜੇ ਮੈਂਬਰਸ ਨੇ ਉਹ ਨਿਯੁਕਤ ਕੀਤੇ ਜਾਂਦੇ ਨੇ ਰਾਜ ਸਭਾ ਦੇ ਵਿੱਚ, ਤੇ ਉਹਦੇ ਵਿੱਚ ਇੱਕ ਤਿਹਾਈ ਮੈਂਬਰ ਜਿਹੜਾ ਹੈ ਆਏ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦਾ ਹੈ। ਤੇ ਜੇ ਤੁਸੀਂ ਪੁੱਛੋ ਵੀ ਇੱਕ ਇੱਕ ਬੰਦਾ ਕਿੰਨੀ ਦੇਰ ਰਹਿੰਦਾ, ਉਹ ਰਹਿੰਦਾ 6 ਸਾਲਾਂ ਦਾ। ਠੀਕ ਹੈ, ਐਵੇਂ ਕਰ ਕਰਕੇ ਇੱਕ ਤਿਹਾਈ ਰਿਟਾਇਰ ਹੁੰਦਾ ਜਾਂਦਾ, ਤੇ ਪੂਰਾ ਹਾਊਸ ਕਦੇ ਵੀ ਇੱਕਦਮ ਖਾਲੀ ਨਹੀਂ ਹੁੰਦਾ। ਦੇਰ ਇਜ਼ ਅ ਡੀਪ ਰਿਲੇਸ਼ਨਸ਼ਿਪ ਬਿਟਵੀਨ ਦ ਐਗਜ਼ੀਕਿਊਟਿਵ, ਜਿਹੜੇ ਲਾਗੂ ਕਰਦੇ ਨੇ ਪਾਲਿਸੀ, ਐਂਡ ਦ ਜੁਡੀਸ਼ਰੀ ਇਨ ਦ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਦੇਖੋ, ਇਹ ਕੁਐਸਚਨ ਮੈਨੂੰ ਥੋੜਾ ਜਿਹਾ ਗਲਤ ਲੱਗ ਰਿਹਾ, ਕਿਉਂਕਿ ਜੁਡੀਸ਼ਰੀ ਤੇ ਜੇ ਇੱਥੇ ਲੈਜਿਸਲੇਚਰ ਲਿਖਿਆ ਹੁੰਦਾ ਤਾਂ ਮੈਂ ਕਹਿੰਦੀ ਇਹ ਠੀਕ ਹੈ, ਪਰ ਜੁਡੀਸ਼ਰੀ ਤੇ ਐਗਜ਼ੀਕਿਊਟਿਵ ਦਾ ਆਪਸ ਦੇ ਵਿੱਚ ਡੀਪ ਰਿਲੇਸ਼ਨਸ਼ਿਪ ਨਹੀਂ ਹੈ। ਹਾਂ, ਗਵਰਨਮੈਂਟ ਦੇ ਅੰਗ ਜਿਹੜੀ ਜ਼ਰੂਰ ਨੇ, ਲੈਜਿਸਲੇਚਰ, ਐਗਜ਼ੀਕਿਊਟਿਵ, ਜੁਡੀਸ਼ਰੀ, ਪਰ ਆਪਸ ਦੇ ਵਿੱਚ ਰਿਸ਼ਤਾ ਨਹੀਂ ਹੈ। ਜੁਡੀਸ਼ਰੀ ਜਿਹੜੀ ਉਹ ਇੰਡੀਪੈਂਡੈਂਟ ਕੰਮ ਕਰਦੀ ਹੈ। ਪ੍ਰਾਈਮ ਮਿਨਿਸਟਰ ਇਜ਼ ਅ ਨੈਸ਼ਨਲ ਹੈੱਡ ਆਫ ਦ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਨੈਸ਼ਨਲ ਹੈੱਡ ਹੈਗੇ ਨੇ, ਨੇਸ਼ਨ ਦੇ ਹੈੱਡ ਹੈਗੇ ਨੇ। ਜਦ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦੀ ਗੱਲ ਕੀਤੀ ਜਾਂਦੀ ਹੈ, ਇਹਨੂੰ ਮੈਂ ਠੀਕ ਇਸ ਕਰਕੇ ਕਹਾਂਗੀ ਕਿਉਂਕਿ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਗਿਆ ਵੀ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦਾ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਪ੍ਰੈਜ਼ੀਡੈਂਟ ਆਫ USA ਦੇ ਨਾਲ। ਪਰ ਆਮ ਤੌਰ ਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਨੇ ਉਹ ਹੈੱਡ ਆਫ ਗਵਰਨਮੈਂਟ ਹੁੰਦੇ ਨੇ। ਠੀਕ ਹੈ, ਤੇ ਹੈੱਡ ਆਫ ਕੰਟਰੀ ਜਿਹੜਾ ਹੈਗਾ ਜਾਂ ਆਪਾਂ ਕਹਿੰਦੇ ਆ ਹੈੱਡ ਆਫ ਸਟੇਟ, ਉਹ ਹੁੰਦੇ ਨੇ ਸਾਡੇ ਕੋਲ ਪ੍ਰੈਜ਼ੀਡੈਂਟ। ਇਹ ਗੱਲ ਯਾਦ ਰੱਖਿਓ, ਥੋੜੇ ਕੁਐਸਚਨਸ ਦੇ ਵਿੱਚ ਗੜਬੜ ਹੈਗੀ ਹੈ। The laws enacted by the parliament are supreme. ਜਿਹੜੇ ਵੀ ਕਾਨੂੰਨ ਪਾਰਲੀਮੈਂਟ ਇਨੈਕਟ ਕਰਦੀ ਹੈ, ਲਾਗੂ ਕਰਦੀ ਹੈ, ਉਹ ਸਭ ਤੋਂ ਸੁਪਰੀਮ ਹੁੰਦੇ ਨੇ, ਉੱਚ ਹੁੰਦੇ ਨੇ। ਇਹ ਗੱਲ ਠੀਕ ਹੈ, ਪਰ ਜੁਡੀਸ਼ਰੀ ਉਹਨਾਂ ਨੂੰ ਰਿਵਿਊ ਕਰ ਸਕਦੀ ਹੈ।
ਅੱਗੇ ਮਲਟੀਪਲ ਚੋਇਸ ਕੁਐਸਚਨ ਦਿੱਤੇ ਗਏ ਨੇ। ਹਾਊ ਮੈਨੀ ਮੈਂਬਰਸ ਆਰ ਨੋਮੀਨੇਟਿਡ ਫਾਰ ਰਾਜ ਸਭਾ ਬਾਈ ਦਾ ਪ੍ਰੈਜ਼ੀਡੈਂਟ? ਪ੍ਰੈਜ਼ੀਡੈਂਟ ਕਿੰਨੇ ਨਿਯੁਕਤ ਕਰਦੇ ਨੇ ਰਾਜ ਸਭਾ ਦੇ ਵਿੱਚ? ਆਪਾਂ ਹੁਣੇ ਪੜਿਆ ਸੀ 12। ਉਹ ਕਿਹੜੀ ਕਿਹੜੀ ਫੀਲਡ ਤੋਂ ਹੁੰਦੇ ਨੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹਾਊ ਮੈਨੀ ਮੈਂਬਰਸ ਆਰ ਇਲੈਕਟਿਡ ਫਾਰ ਰਾਜ ਸਭਾ ਫਰੋਮ ਪੰਜਾਬ? ਪੰਜਾਬ ਤੋਂ ਰਾਜ ਸਭਾ ਦੇ ਵਿੱਚ 7 ਨੇ, ਲੋਕ ਸਭਾ ਦੇ ਵਿੱਚ 13 ਨੇ। ਹੂ ਰਿਜ਼ੋਲਵਸ ਦਾ ਕਨਫਲਿਕਟ? ਹੂ ਰਿਜ਼ੋਲਵਸ ਯਾ ਡਿਫਰੈਂਸਿਸ ਬਿਟਵੀਨ ਬੋਥ ਦਾ ਹਾਊਸਿਸ ਆਫ ਦਾ ਪਾਰਲੀਮੈਂਟ? ਜੇ ਦੋਨੋਂ ਹਾਊਸਿਸ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਿਸੇ ਬਿੱਲ ਨੂੰ ਲੈ ਕੇ, ਪ੍ਰਪੋਜ਼ਲ ਨੂੰ ਲੈ ਕੇ ਕੋਈ ਪ੍ਰੋਬਲਮ ਆ ਜਾਂਦੀ ਹੈ, ਤਾਂ ਇੱਕ ਜੁਆਇੰਟ ਸੈਸ਼ਨ ਜਿਹੜਾ ਹੈ ਉਹ ਬੁਲਾਇਆ ਜਾਂਦਾ ਹੈ। ਕਿਉਂਕਿ ਜਦ ਬਿੱਲ ਪੇਸ਼ ਕੀਤਾ ਜਾਂਦਾ ਹੈ ਦੋਨੋਂ ਹਾਊਸਿਸ ਤੋਂ ਪਾਸ ਹੋ ਜਾਂਦਾ, ਉਸ ਤੋਂ ਬਾਅਦ ਉਹਦੇ ਉੱਤੇ ਪ੍ਰੈਜ਼ੀਡੈਂਟ ਦੇ ਸਿਗਨੇਚਰ ਲੱਗਦੇ ਨੇ। ਤੇ ਜੇ ਪ੍ਰੈਜ਼ੀਡੈਂਟ ਤੋਂ ਲੱਗੇ ਵੀ ਦੋਨੋਂ ਹਾਊਸਿਸ ਮੰਨ ਨਹੀਂ ਰਹੇ ਤਾਂ ਜੁਆਇੰਟ ਸੈਸ਼ਨ ਬੁਲਾ ਸਕਦੇ ਨੇ, ਤਾਂ ਇਹ ਡਿਫਰੈਂਸਿਸ ਰਿਜ਼ੋਲਵ ਕਰਾਏ ਜਾਂਦੇ ਨੇ ਪ੍ਰੈਜ਼ੀਡੈਂਟ ਦੁਆਰਾ। ਅੱਗੇ 15 ਵਰਡਸ ਤੋਂ ਜ਼ਿਆਦਾ ਦੇ ਵਿੱਚ ਆਨਸਰ ਨਹੀਂ ਦੇਣਾ। ਰਾਈਟ ਦਾ ਵਰਡ ਮੀਨਿੰਗ ਆਫ ਪਾਰਲੀਮੈਂਟ। ਪਾਰਲੀਮੈਂਟ ਜਿਹੜਾ ਸ਼ਬਦ ਹੈਗਾ ਉਹਦਾ ਤੁਸੀਂ ਕੀ ਮਤਲਬ ਸਮਝਦੇ ਹੋ, ਮਤਲਬ ਉਹਦਾ ਕੀ ਅਰਥ ਕੀ ਹੈਗਾ? ਤੇ ਇੱਥੇ ਮੈਂ ਲਿਖਿਆ ਪਾਰਲੀਮੈਂਟ ਦਾ ਮਤਲਬ ਹੁੰਦਾ ਹੈਗਾ ਟੂ ਹੈਵ ਕਨਵਰਸੇਸ਼ਨ। ਇਹਦੇ ਵਿੱਚ ਇਹ ਲਿਖ ਸਕਦੇ ਹੋ ਪਾਰਲੀਮੈਂਟ ਇਜ਼ ਡਿਰਾਈਵ, ਲਿਆ ਗਿਆ ਫਰੋਮ ਦ ਫ੍ਰੈਂਚ ਵਰਡ ਜਿਹਦਾ ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਪਾਰਲਰ, ਜਿਹਦਾ ਮਤਲਬ ਹੁੰਦਾ ਟੂ ਹੈਵ ਕਨਵਰਸੇਸ਼ਨ। ਤੇ ਆਪਾਂ ਇਹ ਕਹਿ ਸਕਦੇ ਹਾਂ ਪਾਰਲੀਮੈਂਟ ਉਹ ਥਾਂ ਹੈਗੀ ਹੈ ਜਿੱਥੇ ਲੋਕ ਆ ਕੇ ਇਕੱਠੇ ਗੱਲਬਾਤ ਕਰਦੇ ਨੇ, ਚਰਚਾ ਕਰਦੇ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦਿਆਂ ਦੇ ਵਿੱਚ। ਤੁਹਾਡੀ ਬੁੱਕ ਦੇ ਵਿੱਚ ਫਸਟ ਪੇਜ ਤੇ ਹੀ ਜਿਹੜਾ ਚੈਪਟਰ ਹੈਗਾ ਉੱਥੇ ਇੱਕ ਡੱਬੇ ਦੇ ਵਿੱਚ ਇਹਦਾ ਮਤਲਬ ਦੱਸਿਆ ਹੋਇਆ, ਉੱਥੋਂ ਤੁਸੀਂ ਚੱਕ ਸਕਦੇ ਹੋ। ਵਾਈ ਇਜ਼ ਦਾ ਗਵਰਨਮੈਂਟ ਆਨਸਰੇਬਲ ਟੂ ਦਾ ਪਾਰਲੀਮੈਂਟ? ਦੇਖੋ ਚੁਣਾਵ ਹੁੰਦੇ ਨੇ, ਪਾਰਲੀਮੈਂਟ ਦੇ ਵਿੱਚ ਸਰਕਾਰ ਬਣਾਈ ਜਾਂਦੀ ਹੈ, ਤਾਂ ਉਹ ਜਵਾਬਦੇਹੀ ਕਿਉਂ ਰੱਖਦੀ ਹੈ ਪਾਰਲੀਮੈਂਟ ਦੇ ਵਿੱਚ? ਕਿਉਂਕਿ ਜਿਹੜੇ ਬਾਕੀ ਪਾਰਟੀਜ਼ ਦੇ ਬੰਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਬੈਠਦੇ ਨੇ ਜੋ ਚੁਣੇ ਹੋਏ ਹੁੰਦੇ ਨੇ ਇੰਡੀਆ ਦੇ ਲੋਕਾਂ ਦੁਆਰਾ। ਤਾਂ ਇੱਥੇ ਮੈਂ ਆਨਸਰ ਲਿਖਿਆ ਹੈ ਦਾ ਗਵਰਨਮੈਂਟ ਇਜ਼ ਆਨਸਰੇਬਲ ਟੂ ਦਾ ਪਾਰਲੀਮੈਂਟ ਬਿਕਾਜ਼ ਇਨ ਦਾ ਇੰਡੀਅਨ ਕੋਨਸਟੀਟਿਊਸ਼ਨ ਦੀ ਐਗਜ਼ੀਕਿਟਿਵ ਹੈਜ਼ ਬੀਨ ਟਰੂਲੀ ਮੇਡ ਅਕਾਊਂਟੇਬਲ ਟੂ ਦਾ ਪਾਰਲੀਮੈਂਟ। ਕਿਉਂਕਿ ਆਪਾਂ ਇਹ ਕਹਿੰਦੇ ਹਾਂ ਵੀ ਸਰਕਾਰ ਨੀਤੀਆਂ ਪੋਲਿਸੀਜ਼ ਚਲਾਉਂਦੀ ਹੈ, ਤੇ ਸਾਡੇ ਸੰਵਿਧਾਨ ਅਧੀਨ ਇਹ ਕਿਹਾ ਗਿਆ ਵੀ ਜਿਹੜੀ ਐਗਜ਼ੀਕਿਟਿਵ ਹੈ ਜਿਹੜੀ ਪੋਲਿਸੀ ਲਾਗੂ ਕਰਦੀ ਹੈ ਉਹਦੀ ਜਵਾਬਦੇਹੀ ਹੁੰਦੀ ਹੈ ਸੰਸਦ ਦੇ ਵਿੱਚ, ਪਾਰਲੀਮੈਂਟ ਦੇ ਵਿੱਚ। ਅਗਲਾ, ਹਾਊ ਇਜ਼ ਲਾਅ ਫਰੇਮਡ ਇਨ ਦਾ ਕੋਨਸਟੀਟਿਊਸ਼ਨ? ਜੇ ਕੋਈ ਲਾਅ ਬਣਨਾ ਹੁੰਦਾ ਹੈ ਤਾਂ ਉਹ ਕਿਵੇਂ ਬਣਦਾ? ਸਭ ਤੋਂ ਪਹਿਲਾਂ ਅ ਬਿੱਲ ਇਜ਼ ਇੰਟਰੋਡਿਊਸਡ ਇਨ ਈਦਰ ਆਫ ਦਾ ਪਾਰਲੀਮੈਂਟ ਹਾਊਸਿਸ। ਲੋਕ ਸਭਾ ਦੇ ਜਾਂ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਨੇ, ਐਮਪੀਜ਼ ਨੇ, ਉਹ ਇੱਕ ਬਿੱਲ ਪੇਸ਼ ਕਰਦੇ ਨੇ। ਬਿੱਲ ਮਤਲਬ ਪ੍ਰਪੋਜ਼ਲ ਪੇਸ਼ ਕੀਤਾ ਜਾਂਦਾ ਹੈ। ਆਫਟਰ ਗੈਟਿੰਗ ਅਪਰੂਵਲ ਫਰੋਮ ਦਾ ਪ੍ਰੈਜ਼ੀਡੈਂਟ ਔਰ ਪ੍ਰਾਈਮ ਮਿਨਿਸਟਰ, ਮਤਲਬ ਉਹ ਪ੍ਰੈਜ਼ੀਡੈਂਟ ਦੀ ਹਾਮੀ ਲੈ ਕੇ ਜਾਂ ਪ੍ਰਾਈਮ ਮਿਨਿਸਟਰ ਦੀ ਹਾਮੀ ਲੈ ਕੇ ਇਹ ਬਿੱਲ ਪੇਸ਼ ਕਰਦੇ ਨੇ, ਉਦਾਂ ਵੀ ਪੇਸ਼ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਇਹਦੇ ਉੱਤੇ ਪ੍ਰੈਜ਼ੀਡੈਂਟਸ ਅਸੈਂਟ, ਮਤਲਬ ਹਾਮੀ ਚਾਹੀਦੀ ਹੁੰਦੀ ਹੈ, ਐਂਡ ਦੈਨ ਇਜ਼ ਨੀਡਿਡ ਐਂਡ ਦੈਨ ਇਟ ਫੋਰਮਸ ਅ ਲਾਅ, ਉਸ ਤੋਂ ਬਾਅਦ ਕਾਨੂੰਨ ਬਣ ਜਾਂਦਾ ਹੈ। ਮਤਲਬ ਕਿਸੇ ਵੀ ਹਾਊਸ ਦੇ ਵਿੱਚ ਇੱਕ ਬਿੱਲ ਪ੍ਰਪੋਜ਼ ਕੀਤਾ ਜਾਂਦਾ ਹੈ, ਪਾਸ ਹੁੰਦਾ ਹੈ ਦੋਨੋਂ ਹਾਊਸਿਸ ਦੇ ਵਿੱਚ, ਪ੍ਰੈਜ਼ੀਡੈਂਟ ਦੇ ਸਿਗਨੇਚਰ ਹੁੰਦੇ ਨੇ, ਤੇ ਫਿਰ ਉਸ ਤੋਂ ਬਾਅਦ ਉਹ ਇੱਕ ਲਾਅ ਬਣਦਾ ਹੈ। ਅਗਲਾ, ਹਾਊ ਇਜ਼ ਦਾ ਗਵਰਨਮੈਂਟ ਫਾਰਮਡ ਆਫਟਰ ਲੋਕ ਸਭਾ ਇਲੈਕਸ਼ਨ? ਚੁਣਾਵਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ? ਦਾ ਗਵਰਨਮੈਂਟ ਇਜ਼ ਫਾਰਮਡ ਵੈਨ ਦਾ ਮੈਕਸਿਮਮ ਨੰਬਰ, ਇਹਨੂੰ ਦਾ ਮਤਲਬ ਹੈਗਾ ਨੰਬਰ, ਤੁਸੀਂ ਪੂਰਾ ਲਿਖਿਓ, ਨੰਬਰ ਆਫ ਵੋਟਰਸ ਆਰ ਵਨ ਬਾਏ ਅ ਪੋਲੀਟੀਕਲ ਪਾਰਟੀ ਇਨ ਲੋਕ ਸਭਾ ਇਲੈਕਸ਼ਨ। ਜਿਹੜੀ ਪਾਰਟੀ ਸਭ ਤੋਂ ਜ਼ਿਆਦਾ ਬਹੁਮਤ ਹਾਸਿਲ ਕਰ ਜਾਂਦੀ ਹੈ, ਵੋਟਿੰਗ ਸਭ ਤੋਂ ਜ਼ਿਆਦਾ ਜਿਹਨੂੰ ਮਿਲਦੀ ਆ, ਉਹ ਸਰਕਾਰ ਬਣਾਉਂਦੀ ਹੈ, ਤੇ ਉਹਨਾਂ ਦਾ ਲੀਡਰ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ। ਰਾਈਟ ਦਾ ਮੇਨ ਫੀਚਰਸ ਆਫ ਪਾਰਲੀਮੈਂਟਰੀ ਗਵਰਨਮੈਂਟ। ਪਾਰਲੀਮੈਂਟਰੀ ਜਿਹੜੀ ਗਵਰਨਮੈਂਟ ਹੈਗੀ ਹੈ, ਸਰਕਾਰ ਹੈਗੀ ਹੈ, ਸੰਸਦੀ, ਉਹਦੇ ਮੁੱਖ ਵਿਸ਼ੇਸ਼ਤਾਵਾਂ ਲਿਖਣੀਆਂ ਨੇ, ਤੇ ਮੈਂ ਇੱਥੇ ਆਨਸਰ ਲਿਖਿਆ। ਫੀਚਰਸ ਆਫ ਪਾਰਲੀਮੈਂਟਰੀ ਗਵਰਨਮੈਂਟ, ਪਹਿਲਾ ਹੈਗਾ ਅੰਡਰ ਦ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ, ਇਹ ਕੰਮ ਕਰਦੀ ਹੈ ਪ੍ਰਾਈਮ ਮਿਨਿਸਟਰ ਦੀ ਦੇਖ ਰੇਖ ਹੇਠ।
ਇਨਡੈਫੀਨਾਈਟ ਟਰਮ ਹੁੰਦਾ ਐਗਜ਼ੀਕਟਿਵ ਦਾ, ਕਹਿਣ ਦਾ ਮਤਲਬ ਜਿਹੜੀ ਸਰਕਾਰ ਹੈਗੀ ਹੈ ਉਹ ਟਾਈਮ ਟੂ ਟਾਈਮ ਬਦਲਦੀ ਰਹਿੰਦੀ ਹੈ ਵੀ ਕੰਮ ਜਿਹੜਾ ਉਹ ਚੱਲਦਾ ਰਹਿੰਦਾ। ਇੱਕ ਸਰਕਾਰ ਆਉਂਦੀ ਹੈ ਫਿਰ 5 ਸਾਲ ਬਾਅਦ ਫਿਰ ਇਲੈਕਸ਼ਨ ਹੁੰਦੇ ਨੇ, ਵਿੱਚ ਬ੍ਰੇਕ ਨਹੀਂ ਹੁੰਦੀ, ਮਤਲਬ ਇਹ ਕੰਮ ਚੱਲਦਾ ਰਹਿੰਦਾ। ਲੀਗਲ ਰੈਕਗਨੀਸ਼ਨ ਟੂ ਦੀ ਆਪੋਜੀਸ਼ਨ ਪਾਰਟੀ, ਇਹਦਾ ਮਤਲਬ ਇਹ ਹੈਗਾ ਵੀ ਜਿਹੜੀ ਪਾਰਟੀ ਹਾਰ ਜਾਂਦੀ ਹੈ ਉਹ ਵੀ ਪਾਰਲੀਮੈਂਟ ਵਿੱਚ ਬੈਠਦੇ ਨੇ, ਉਹਨਾਂ ਕੋਲ ਵੀ ਸੀਟਾਂ ਹੁੰਦੀਆਂ ਨੇ ਤੇ ਉਹ ਬਾਰ ਬਾਰ ਚੈੱਕ ਕਰਦੇ ਨੇ ਵੀ ਸਰਕਾਰ ਕਿਹੋ ਜਿਹਾ ਕੰਮ ਕਰ ਰਹੀ ਹੈ, ਤੇ ਉਹਨਾਂ ਨੂੰ ਲੀਗਲ ਰੈਕਗਨੀਸ਼ਨ ਮਿਲਦੀ ਹੈ, ਕਾਨੂੰਨੀ ਮਾਨਿਅਤਾ ਮਿਲਦੀ ਹੈ ਵੀ ਉਹ ਵੀ ਇੱਕ ਪਾਰਟੀ ਹੈਗੀ, ਉਹ ਵੀ ਹਿੱਸਾ ਲੈ ਸਕਦੀ ਹੈ। ਅੱਗੇ 50 to 60 ਵਰਡਸ ਦੇ ਵਿੱਚ ਆਨਸਰ ਦੇਣਾ। ਪਹਿਲਾ ਹੈਗਾ ਡਿਸਕਸ ਦ ਰੋਲ ਆਫ ਪ੍ਰੈਜ਼ੀਡੈਂਟ ਐਂਡ ਦ ਪ੍ਰਾਈਮ ਮਿਨਿਸਟਰ ਇਨ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਸੰਸਦੀ ਜਿਹੜੀ ਸਰਕਾਰ ਹੈਗੀ ਹੈ ਉਹਦੇ ਵਿੱਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਬਾਰੇ ਚਰਚਾ ਕਰਨੀ ਹੈ। ਦ ਕੰਟਰੀਜ਼ ਹੈਡ ਆਫ ਦ ਸਟੇਟ, ਜਾਂ ਆਪਾਂ ਕਹਿ ਸਕਦੇ ਹਾਂ ਦ ਹੈਡ ਆਫ ਦ ਸਟੇਟ ਅਕੋਰਡਿੰਗ ਟੂ ਇਟਸ ਕੰਸਟੀਟਿਊਸ਼ਨ ਇਜ਼ ਇੰਡੀਆਜ਼ ਪ੍ਰੈਜ਼ੀਡੈਂਟ। ਇਹ ਸਟੇਟ ਦਾ ਮਤਲਬ ਹੁੰਦਾ ਹੈ ਕੰਟਰੀ ਦਾ ਜਿਹੜਾ ਹੈਡ ਹੈਗਾ ਉਹ ਪ੍ਰੈਜ਼ੀਡੈਂਟ ਹੁੰਦਾ ਹੈ। ਦ ਪ੍ਰੈਜ਼ੀਡੈਂਟ ਇਜ਼ ਐਂਡੋਰਡ ਵਿਦ ਐਗਜ਼ੀਕਿਊਟਿਵ, ਜੁਡੀਸ਼ੀਅਲ ਐਂਡ ਲੈਜਿਸਲੇਟਿਵ ਅਥਾਰਿਟੀ। ਪ੍ਰੈਜ਼ੀਡੈਂਟ ਕੋਲ ਸਾਰੀ ਅਥਾਰਿਟੀ ਹੁੰਦੀ ਹੈ ਕੋਈ ਕਾਰਜ ਕਰਨ ਦੀ, ਪੋਲਿਸੀ ਨੂੰ ਐਗਜ਼ੀਕਿਊਟ ਕਰਨ ਦੀ। ਜੁਡੀਸ਼ੀਅਲ ਪਾਵਰ ਵੀ ਉਹਨਾਂ ਕੋਲ ਹੁੰਦੀ ਹੈ, ਜੇ ਕਿਸੇ ਨੂੰ ਡੈਥ ਸੈਂਟੈਂਸ ਦਿੱਤੀ ਜਾਂਦੀ ਹੈ ਤਾਂ ਉਹ ਅਰਜ਼ੀ ਲੈ ਕੇ ਪ੍ਰੈਜ਼ੀਡੈਂਟ ਕੋਲ ਜਾ ਸਕਦੇ, ਤੇ ਜੇ ਪ੍ਰੈਜ਼ੀਡੈਂਟ ਨੂੰ ਲੱਗਦਾ ਹੈ ਵੀ ਇਹਨੂੰ ਜਿਹੜੀ ਮੌਤ ਦੀ ਸਜ਼ਾ ਦਿੱਤੀ ਗਈ ਹੈ ਇਹ ਗਲਤ ਹੈਗੀ, ਇਹਨੂੰ ਚੇਂਜ ਕਰਨ ਦੀ ਲੋੜ ਹੈ, ਤਾਂ ਉਹ ਵੀ ਕਰ ਸਕਦੇ ਹੈ। ਲੈਜਿਸਲੇਟਿਵ ਅਥਾਰਟੀ, ਜੇ ਕੋਈ ਬਿੱਲ ਜਿਹੜਾ ਪਾਸ ਕੀਤਾ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਤਾਂ ਉਹ ਵਾਪਸ ਭੇਜ ਸਕਦੇ ਨੇ ਉਹਨਾਂ ਨੂੰ, ਪਰ ਇਹ ਜਿਹੜੀ ਅਥਾਰਟੀ ਹੈ ਆਪਣੀ ਮਰਜ਼ੀ ਨਾਲ ਨਹੀਂ ਯੂਜ਼ ਕਰ ਸਕਦੇ। ਹੀ ਸ਼ੀ ਇਜ਼ ਨੋਟ ਫ੍ਰੀ ਟੂ ਵੀਲਡ, ਔਰ ਇਹ ਆਪਾਂ ਕਹਿ ਸਕਦੇ ਹਾਂ ਯੂਜ਼ ਦੈਮ ਐਟ ਹਿਸ ਵੇ, ਮਤਲਬ ਆਪਣੀ ਮਰਜ਼ੀ ਨਾਲ ਉਹਨੂੰ ਯੂਜ਼ ਨਹੀਂ ਕਰ ਸਕਦੇ। ਅ ਪ੍ਰੈਜ਼ੀਡੈਂਟ ਇਜ਼ ਇੰਟਰਸਟਿਡ ਟੂ ਮੇਕ ਕ੍ਰੂਸ਼ੀਅਲ ਡਿਸੀਜਨਸ ਡਿਊਰਿੰਗ ਇਲੈਕਸ਼ਨ ਜਾਂ ਵੋਟਿੰਗ ਪ੍ਰੋਸੈਸ। ਉਹ ਇਲੈਕਸ਼ਨ ਜਾਂ ਵੋਟਿੰਗ ਪ੍ਰੋਸੈਸ ਜਦ ਹੁੰਦਾ ਹੈ, ਜਦ ਇੱਕ ਪਾਰਟੀ ਦੀ ਬਹੁਮਤ ਨਹੀਂ ਹੁੰਦੀ ਹੈ, ਤਾਂ ਉਹ ਇੱਕ ਆਪਾਂ ਕਹਿ ਸਕਦੇ ਇੰਪੋਰਟੈਂਟ ਰੋਲ ਇਸ ਟਾਈਮ ਤੇ ਵੀ ਪਲੇ ਕਰਦੇ ਨੇ। ਹੁਣ ਮੈਂ ਇੱਥੇ ਇਹ ਦੱਸਿਆ ਵੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਉਹ ਇਸ ਪਾਵਰ ਨੂੰ ਇਕੱਲੇ ਯੂਜ਼ ਨਹੀਂ ਕਰ ਸਕਦੇ, ਇਹਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਪਾਵਰ ਹੈਗੀ ਹੈ ਉਹ ਯੂਜ਼ ਕਰ ਸਕਦੇ ਨੇ ਜੇ ਉਹ ਕੌਂਸਲ ਆਫ ਮਿਨਿਸਟਰਸ ਤੇ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਲੈਣ, ਤਾਂ ਉਹ ਪਾਵਰ ਯੂਜ਼ ਕਰ ਸਕਦੇ ਨੇ। ਠੀਕ ਹੈ, ਵਿਦ ਦੀ ਹੈਲਪ ਆਫ ਕੌਂਸਲ ਆਫ ਮਿਨਿਸਟਰਸ, ਤੁਸੀਂ COM ਨਹੀਂ ਲਿਖਣਾ, ਕੌਂਸਲ ਆਫ ਮਿਨਿਸਟਰਸ ਤੇ ਪ੍ਰਾਈਮ ਮਿਨਿਸਟਰਸ ਦੀ ਐਡਵਾਈਸ ਯੂਜ਼ ਕਰਕੇ ਉਹ ਆਪਣੀ ਪਾਵਰਸ ਦਾ ਯੂਜ਼ ਕਰ ਸਕਦੇ ਨੇ। ਵਨ ਆਫ ਦ ਮੋਸਟ ਪਾਵਰਫੁਲ ਮੈਂਬਰਸ ਆਫ ਦ ਇੰਡੀਅਨ ਗਵਰਨਮੈਂਟ ਇਜ਼ ਦ ਪ੍ਰਾਈਮ ਮਿਨਿਸਟਰ, ਤੇ ਸਰਕਾਰ ਦੀ ਗੱਲ ਕੀਤੀ ਜਾਏ ਤੇ ਉਹਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਜਾਂ ਪਾਵਰਫੁਲ ਮੈਂਬਰ ਪ੍ਰਾਈਮ ਮਿਨਿਸਟਰ ਹੁੰਦਾ ਹੈ। ਹੀ ਸਰਵਸ ਐਜ਼ ਦ ਗਵਰਨਮੈਂਟਸ ਪਿਵਟ, ਮਤਲਬ ਉਹ ਸਭ ਤੋਂ ਜ਼ਿਆਦਾ ਆਪਾਂ ਇਹ ਕਹਿ ਸਕਦੇ ਹਾਂ ਸਰਕਾਰ ਦਾ ਧੁਰ ਹੁੰਦਾ ਹੈ ਜਿਹਦੇ ਉੱਤੇ ਸਾਰੀ ਸਰਕਾਰ ਚੱਲਦੀ ਹੈ। ਤੇ ਜਦ ਮੈਂ ਇਹ ਵਰਡ ਲਿਖ ਰਹੀ ਹਾਂ ਤਾਂ ਮਤਲਬ ਹੈ ਮੂਲ ਕੇਂਦਰ ਆਧਾਰਿਤ ਜਿੱਥੇ ਸਰਕਾਰ ਚੱਲਦੀ ਹੈ। ਤਾਂ ਪ੍ਰਾਈਮ ਮਿਨਿਸਟਰ ਇਜ਼ ਦ ਵਨ ਹੂ ਐਕਚੁਅਲੀ ਐਕਸਰਸਾਈਜ਼ਜ਼ ਅਥਾਰਿਟੀ, ਉਹਨਾਂ ਕੋਲ ਹੀ ਜ਼ਿਆਦਾ ਤੋਂ ਜ਼ਿਆਦਾ ਪਾਵਰ ਹੁੰਦੀ ਆ। ਆਲ ਪਾਲਿਸੀਜ਼ ਐਂਡ ਪਲਾਨਸ ਆਰ ਮੇਡ ਬਾਈ ਦ ਕੰਸਲਟੇਸ਼ਨ ਜਾਂ ਵਿਦ ਦ ਕੰਸਲਟੇਸ਼ਨ ਆਫ ਦ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਨੂੰ ਪੁੱਛ ਗਿੱਛ ਕੇ ਹੀ ਉਹਨਾਂ ਦੀ ਐਡਵਾਈਸ ਹੇਠ ਹੀ ਪਾਰਲੀਮੈਂਟ ਚੱਲਦਾ ਹੈ। ਅੱਗੇ ਹੈਗਾ ਰਾਈਟ ਦ ਰਿਸਪੋਂਸੀਬਲ ਫੈਕਟਰਸ ਫੋਰ ਦ ਫਾਲ ਆਫ ਪੋਜੀਸ਼ਨ ਆਫ ਪਾਰਲੀਮੈਂਟ। ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਜਿਹੜੀ ਸਥਿਤੀ ਹੈਗੀ ਉਹਦੇ ਵਿੱਚ ਗਿਰਾਵਟ ਕਿਉਂ ਆਈ ਹੈ ਇਹਦੇ ਬਾਰੇ ਤੁਸੀਂ ਦੱਸਣਾ। ਦੇਖੋ ਗਿਰਾਵਟ ਇਸ ਕਰਕੇ ਆਈ ਹੈ ਕਿਉਂਕਿ ਐਬਸੈਂਸ ਆਫ ਮੈਂਬਰਸ, ਮੈਂਬਰ ਜਾਂਦੇ ਨਹੀਂ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਕਰਨ। ਡਾਊਨਫਾਲ ਆਫ ਦ ਕਮੇਟੀ ਸਿਸਟਮ, ਪਾਰਲੀਮੈਂਟ ਦੇ ਵਿੱਚ ਕਮੇਟੀਆਂ ਬਣਦੀਆਂ ਸੀ ਹੁਣ ਉਹ ਵੀ ਨਹੀਂ ਬਣਦੀਆਂ ਚਰਚਾ ਕਰਨ ਦੇ ਲਈ। ਰਾਈਵਲਰੀ ਅਮੰਗਸ ਦ ਮੈਂਬਰਸ, ਮੈਂਬਰਸ ਇੱਕ ਦੂਜੇ ਦੀ ਟੰਗਾ ਖਿੱਚਣ ਤੇ ਲੱਗੇ ਹੋਏ ਨੇ। ਔਰ ਆਰ ਰਿਸਪੋਂਸੀਬਲ ਫੈਕਟਰਸ ਫੋਰ ਦ ਫਾਲ ਆਫ ਪੋਜੀਸ਼ਨ ਆਫ ਪਾਰਲੀਮੈਂਟ। ਅੱਗੇ ਨੋ ਡਿਬੇਟਸ ਔਨ ਇੰਟਰਨੈਸ਼ਨਲ ਨੈਸ਼ਨਲ ਇਸ਼ੂਜ਼ ਟੇਕ ਪਲੇਸ ਵਿਚ ਇਜ਼ ਇੰਪੋਰਟੈਂਟ ਫੋਰ ਦ ਬੈਟਰ ਫੰਕਸ਼ਨਿੰਗ ਆਫ ਦ ਗਵਰਨਮੈਂਟ। ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਤਾਂ ਚਰਚਾ ਹੀ ਨਹੀਂ ਹੁੰਦੀ, ਇਹ ਤਾਂ ਬਹੁਤ ਜ਼ਰੂਰੀ ਹੈਗੀ ਹੈ, ਦੇਸ਼ ਦਾ ਵਿਕਾਸ ਤਾਂ ਹੀ ਹੋਏਗਾ। ਦੀਜ਼ ਆਰ ਦ ਰਿਸਪੋਂਸੀਬਲ ਫੈਕਟਰਸ ਫੋਰ ਦ ਫਾਲ ਆਫ ਪੋਜੀਸ਼ਨ ਆਫ ਦ ਪਾਰਲੀਮੈਂਟ। ਪਾਰਲੀਮੈਂਟ ਦੀ ਗਿਰਾਵਟ ਦੇ ਵਿੱਚ ਇਹ ਮੁੱਖ ਰੀਜ਼ਨਸ ਹੈਗੇ ਨੇ।
अगला गिव नेसेसरी सजेशंस फॉर द इंप्रूवमेंट ऑफ पोजीशन ऑफ द पार्लियामेंट संसद की पोजीशन इंप्रूव करने के लिए इंपॉर्टेंट तुसी की राय दोगे डिनाइंग क्रिमिनल्स इन्वॉल्वमेंट इन द पोलिटिकल सिस्टम जिन्हों का कोई क्रिमिनल रिकॉर्ड है उन्होंने इलेक्शन नहीं लड़न देना चाहिए एलिमिनेटिंग करप्शन एट एलिवेटेड अमाउंट्स बाय एफिशिएंट एंटी करप्शन एफर्ट्स इन एस्टैब्लिशिंग एग्जीक्यूटिव रिस्पॉन्सिबिलिटी जिहड़ी करप्शन हैगी आ ਇਹ ਬਹੁਤ ਵੱਡੀ ਬਿਮਾਰੀ ਹੈ ਤੇ ਐਂਟੀ ਕਰਪਸ਼ਨ ਦਾ ਨਾਰਾ ਲਾ ਕੇ ਭ੍ਰਿਸ਼ਟਾਚਾਰ ਦਾ ਨਾਰਾ ਲਾ ਕੇ ਇਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਐਗਜ਼ੀਕਿਟਿਵ ਨੇ ਜਿਹੜੇ ਲਾਗੂ ਕਰਦੇ ਨੇ ਪਾਲਿਸੀਜ਼ ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਵੀ ਕਿਵੇਂ ਚੱਲ ਰਹੀ ਹੈ ਪਾਲਿਸੀ ਕਿੱਥੇ ਤੱਕ ਪਹੁੰਚੀ ਦੀ ਅਪਰੋਪਰੀਏਟ ਇੰਸਟਰਕਸ਼ਨਸ ਆਫ ਪਾਰਲੀਮੈਂਟਰੀਜ਼ ਇਨ ਦ ਪਰਫਾਰਮੈਂਸ ਆਫ ਦ ਹਾਊਸ ਬਿਜ਼ਨਸ ਪ੍ਰੋਵਾਈਡਿੰਗ ਦ ਹਾਊਸ ਪ੍ਰਿਸਾਈਡਿੰਗ ਆਫੀਸਰਸ ਆਰ ਮੋਰ ਅਥਾਰਿਟੀ ਟੂ ਪੈਨਲਾਈਜ਼ ਡਿਸਟਰਪਟਿਵ ਲਾਅ ਮੇਕਰਸ ਜਿਹੜੇ ਪ੍ਰਿਸਾਈਡਿੰਗ ਆਫੀਸਰਸ ਨੇ ਜਿਹੜੇ ਦੇਖ ਰਹੇ ਨੇ ਵੀ ਲੋਕ ਸਭਾ ਦਾ ਕੰਮ ਠੀਕ ਠਾਕ ਚੱਲ ਰਿਹਾ ਜਾਂ ਨਹੀਂ ਉਹਨਾਂ ਕੋਲ ਪਾਵਰ ਹੋਣੀ ਚਾਹੀਦੀ ਹੈ ਵੀ ਜਿਹੜੇ ਹਾਊਸ ਦਾ ਇਸ ਲੋਕ ਸਭਾ ਦਾ ਕੰਮ ਜਿਹੜਾ ਹੈ ਉਹ ਵਿਗਾੜ ਰਹੇ ਨੇ ਉਹਦੇ ਵਿੱਚ ਰੁਕਾਵਟ ਪਾ ਰਹੇ ਨੇ ਉਹਨਾਂ ਨੂੰ ਮਤਲਬ ਪੈਨਲਾਈਜ਼ ਕੀਤਾ ਜਾਏ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਸਟਰੈਂਥਨਿੰਗ ਦੀ ਅਕਾਊਂਟੇਬਿਲਿਟੀ ਆਫ ਪੋਲੀਟੀਕਲ ਪਾਰਟੀਜ਼ ਔਨ ਦੇਅਰ ਬਿਹੇਵੀਅਰ ਇਨ ਦਾ ਪਾਰਲੀਮੈਂਟ ਤੇ ਨਾਲ ਦੀ ਨਾਲ ਜਵਾਬਦੇਹੀ ਹੋਣੀ ਚਾਹੀਦੀ ਹੈ ਅਲੱਗ ਅਲੱਗ ਪੋਲੀਟੀਕਲ ਪਾਰਟੀਜ਼ ਦੀ ਵੀ ਉਹ ਕਿਸ ਤਰੀਕੇ ਨਾਲ ਸੰਸਦ ਦੇ ਵਿੱਚ ਬਿਹੇਵ ਕਰਦੇ ਨੇ ਉਸ ਪੱਖੋਂ ਵੀ ਸਾਨੂੰ ਜ਼ੋਰ ਦੇਣ ਦੀ ਲੋੜ ਹੈਗੀ ਹੈ ਅਗਲਾ ਕੁਐਸਚਨ ਚੌਥਾ ਹੈਗਾ ਰਾਈਟ ਦ ਕੰਪੋਜੀਸ਼ਨ ਆਫ ਇੰਡੀਅਨ ਪਾਰਲੀਮੈਂਟ ਸੰਸਦ ਦੇ ਵਿੱਚ ਕਿਸ ਤਰੀਕੇ ਦੀ ਲੋਕ ਜਾਂਦੇ ਨੇ ਕੀ ਉਹਦੀ ਕੰਪੋਜੀਸ਼ਨ ਹੈ ਉਹਦੇ ਬਾਰੇ ਆਪਾਂ ਦੱਸਣਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਰਲੀਮੈਂਟ ਦੇ ਦੋ ਹਾਊਸਿਸ ਨੇ ਲੋਕ ਸਭਾ ਤੇ ਰਾਜ ਸਭਾ ਲੋਕ ਸਭਾ ਜਿਹੜਾ ਹੈਗਾ ਡਾਇਰੈਕਟਲੀ ਇਲੈਕਟ ਕਰਕੇ ਲੋਕ ਉੱਥੇ ਆਪਣੇ ਰਿਪ੍ਰੈਜੈਂਟੇਟਿਵ ਭੇਜਦੇ ਨੇ ਮੈਕਸੀਮਮ ਸਟਰੈਂਥ ਜਿਹੜੀ ਆ ਹਾਊਸ ਦੀ ਮੈਕਸੀਮਮ ਬੰਦੇ ਜਿਹੜੇ ਹੋ ਸਕਦੇ ਨੇ 545 ਨੇ ਜਿਹਦੇ ਵਿੱਚੋਂ 543 ਡਾਇਰੈਕਟਲੀ ਚੁਣੇ ਜਾਂਦੇ ਨੇ ਦੋ ਮੈਂਬਰਸ ਨੋਮੀਨੇਟ ਕੀਤੇ ਜਾਂਦੇ ਨੇ ਪ੍ਰੈਜ਼ੀਡੈਂਟ ਦੁਆਰਾ ਜੋ ਕਿ ਹੁੰਦੇ ਨੇ ਐਂਗਲੋ ਇੰਡੀਅਨ ਟ੍ਰਾਈਬ ਤੋਂ ਐਂਗਲੋ ਇੰਡੀਅਨ ਯਾਨੀ ਜਿਹੜੇ ਬ੍ਰਿਟਿਸ਼ਰਸ ਪਿੱਛੇ ਰਹਿ ਗਏ ਸੀ ਉਹਨਾਂ ਦੀ ਕਮਿਊਨਿਟੀ ਵਿੱਚੋਂ ਵੀ ਰਿਪ੍ਰੈਜੈਂਟੇਸ਼ਨ ਹੁੰਦੀ ਹੈ ਜੋ ਆਪ ਨਹੀਂ ਚੁਣ ਸਕਦੇ ਤਾਂ ਪ੍ਰੈਜ਼ੀਡੈਂਟ ਨੋਮੀਨੇਟ ਕਰ ਦਿੰਦੇ ਨੇ ਠੀਕ ਹੈ ਇਹਦੇ ਇਲਾਵਾ ਰਿਜ਼ਰਵੇਸ਼ਨ ਕੀਤੀ ਗਈ ਹੈ ਸ਼ੈਡਿਊਲ ਕਾਸਟ ਸ਼ੈਡਿਊਲ ਟ੍ਰਾਈਬ ਦੇ ਵਿੱਚ ਜਿਨ੍ਹਾਂ ਲਈ 85 ਸੀਟ ਸ਼ੈਡਿਊਲ ਕਾਸਟ ਲਈ ਰਿਜ਼ਰਵ ਕੀਤੀ ਗਈ ਹੈ 47 ਸ਼ੈਡਿਊਲ ਟ੍ਰਾਈਬ ਦੇ ਲਈ ਪੰਜਾਬ ਸਟੇਟ ਦੀ ਜੇ ਗੱਲ ਕੀਤੀ ਗਈ ਜਾਏ ਤਾਂ ਉਹਦੇ ਵਿੱਚੋਂ ਉਹਦੇ ਲਈ 13 ਮੈਂਬਰ ਜਿਹੜੇ ਨੇ ਉਹ ਲੋਕ ਸਭਾ ਦੇ ਵਿੱਚ ਜਾਂਦੇ ਨੇ ਯਾਨੀ ਪੰਜਾਬ ਨੂੰ 13 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਜਾਂ ਚੁਣਾਵ ਹੁੰਦੇ ਨੇ ਤੇ ਇੱਕ ਇੱਕ ਰਿਪ੍ਰੈਜੈਂਟੇਟਿਵ ਐਮਪੀ ਬਣ ਕੇ ਜਿੱਤ ਕੇ ਉੱਥੇ ਜਾਂਦਾ ਅੱਗੇ ਹੈਗਾ ਰਾਜ ਸਭਾ ਇਹਨੂੰ ਪਰਮਾਨੈਂਟ ਹਾਊਸ ਕਿਹਾ ਜਾਂਦਾ ਹੈ ਪਾਰਲੀਮੈਂਟ ਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਇੱਕ ਤਿਹਾਈ ਬੰਦਾ ਆਏ 2 ਸਾਲ ਬਾਅਦ ਰਿਟਾਇਰ ਹੋ ਜਾਂਦਾ ਹੈ ਇਦਾਂ ਦਾ ਉਹਨਾਂ ਦਾ ਅਰੇਂਜਮੈਂਟ ਹੈਗਾ ਪਰ ਜਿਹੜਾ ਟਰਮ ਹੈ ਇੱਕ ਬੰਦੇ ਦਾ ਉਹ 6 ਸਾਲ ਹੈ ਇਹਦੀ ਮੈਕਸੀਮਮ ਸਟਰੈਂਥ ਹੈਗੀ ਹੈ 250 ਜਿਹਦੇ ਵਿੱਚੋਂ 238 ਮੈਂਬਰ ਜਿਹੜੇ ਨੇ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਦੀ ਅਸੈਂਬਲੀਜ਼ ਤੋਂ ਆਉਂਦੇ ਨੇ ਉੱਥੋਂ ਚੁਣ ਕੇ ਉੱਥੋਂ ਆਉਂਦੇ ਨੇ ਚੁਣੇ ਹੋਏ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਦੀ ਜਿਹੜੀ ਅਸੈਂਬਲੀ ਹੈ ਤੇ 12 ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈਗਾ ਜਿਨ੍ਹਾਂ ਦੀ ਪੋਪੂਲੈਰਿਟੀ ਹੁੰਦੀ ਹੈ ਲਿਟਰੇਚਰ ਸੋਸ਼ਲ ਸਰਵਿਸ ਸਾਇੰਸ ਤੇ ਆਰਟਸ ਦੀ ਫੀਲਡ ਦੇ ਵਿੱਚ ਇਹ ਰਾਜ ਸਭਾ ਦੇ ਮੈਂਬਰ ਡਾਇਰੈਕਟਲੀ ਇਲੈਕਟ ਨਹੀਂ ਹੁੰਦੇ ਜਿਵੇਂ ਲੋਕ ਸਭਾ ਦੇ ਹੁੰਦੇ ਨੇ ਇਨਡਾਇਰੈਕਟਲੀ ਇਲੈਕਟ ਹੁੰਦੇ ਨੇ ਕਿਉਂਕਿ ਇਹ ਸਟੇਟ ਦੀ ਲੈਜਿਸਲੇਟਿਵ ਅਸੈਂਬਲੀਜ਼ ਤੋਂ ਚੁਣ ਕੇ ਆਉਂਦੇ ਨੇ ਹਰੇਕ ਬੰਦੇ ਦਾ ਜਿਹੜਾ ਟਰਮ ਹੈਗਾ ਉਹ 2 ਸਾਲ ਦੀ ਹੈ ਬੁੱਕ ਦੇ ਵਿੱਚ 2 ਸਾਲ ਦਿੱਤਾ ਹੋਇਆ 6 ਸਾਲ ਹੈਗਾ ਕਿਉਂਕਿ ਇੱਕ ਤਿਹਾਈ ਬੰਦਾ ਜਿਹੜਾ ਹੈ 6 ਸਾਲ ਬਾਅਦ ਰਿਟਾਇਰ ਹੋ ਜਾਂਦਾ ਹੈ ਪਰ 6 ਸਾਲ ਉਹਦਾ ਟਰਮ ਹੁੰਦਾ ਪਰ ਰਿਟਾਇਰ 2-2 ਸਾਲਾਂ ਬਾਅਦ ਹੋ ਜਾਂਦੇ ਨੇ ਜਿਵੇਂ ਪਹਿਲਾਂ ਇੰਨੇ ਬੰਦੇ ਹੀ ਸਟਾਰਟ ਕਰਿਆ ਸੀ ਉਹਨਾਂ ਨੇ ਤਾਂ ਉਹਨਾਂ ਦਾ 6 ਸਾਲ ਟਰਮ ਪੂਰਾ ਹੋ ਗਿਆ ਰਿਟਾਇਰ ਹੋ ਗਏ ਫਿਰ ਅਗਲਿਆਂ ਦਾ 6 ਸਾਲ ਏਦਾਂ ਸ਼ੁਰੂਆਤ ਵੀ ਰਾਜ ਸਭਾ ਦੀ ਏਦਾਂ ਹੀ ਹੋਈ ਸੀ ਸਾਰੇ ਮੈਂਬਰ ਇਕੱਠੇ ਨਹੀਂ ਭਰਤੀ ਕੀਤੇ ਗਏ ਸੀ ਇਸੇ ਕਰਕੇ ਬੁੱਕ ਦੇ ਵਿੱਚ ਜਿਹੜੇ 2 ਸਾਲ ਦਿੱਤੇ ਗਏ ਨੇ ਮੈਡਮ ਤੋਂ ਪੁੱਛ ਲਿਓ ਵੀ ਇੱਕ ਬੰਦੇ ਦਾ ਜਿਹੜਾ ਟਰਮ ਹੁੰਦਾ ਉਹ 6 ਸਾਲ ਹੁੰਦਾ ਪਰ ਬੰਦੇ ਜਿਹੜੇ ਰਿਟਾਇਰ ਹੁੰਦੇ ਨੇ ਉਹ ਰਿਟਾਇਰ ਹੋ ਜਾਂਦੇ ਨੇ 2 ਸਾਲਾਂ ਬਾਅਦ ਟਰਮ ਜਿਹੜਾ ਟੈਨਿਊਰ ਹੈ ਉਹ 6 ਸਾਲ ਹੈ ਤੇ ਉਹਨਾਂ ਦੀ ਥਾਂ ਤੇ ਨਵੇਂ ਬੰਦੇ ਚਲੇ ਜਾਂਦੇ ਨੇ
ਤੇ 7 ਮੈਂਬਰ ਜਿਹੜੇ ਨੇ ਪੰਜਾਬ ਤੋਂ ਰਿਪ੍ਰੈਜ਼ੈਂਟ ਕਰਦੇ ਨੇ ਰਾਜ ਸਭਾ ਨੂੰ। ਮੈਂ ਦੁਬਾਰਾ ਦੱਸ ਰਹੀ ਹਾਂ, ਰਾਜ ਸਭਾ ਦੀ ਜਦ ਸਥਾਪਨਾ ਹੋਈ ਸੀ ਸਾਰੇ ਬੰਦੇ ਇੱਕਦਮ ਨਹੀਂ ਬੈਠ ਗਏ ਸੀ, ਏਦਾਂ ਹੋਇਆ ਸੀ ਵੀ ਜਿਵੇਂ ਕੁਝ ਬੰਦੇ ਇਲੈਕਟ ਹੋ ਗਏ ਸੀ, ਠੀਕ ਹੈ, ਫਿਰ ਕੁਝ ਸਾਲਾਂ ਬਾਅਦ ਕੁਝ ਹੋਰ ਇਲੈਕਟ ਹੋਏ ਸੀ, ਏਦਾਂ ਕਰਕੇ ਭਰਤੀ ਹੋਇਆ ਸੀ। ਇਹਨਾਂ ਦਾ ਜਦ 6 ਸਾਲ ਪੂਰੇ ਹੋ ਗਏ ਤਾਂ ਇਹਨਾਂ ਨੂੰ ਕੱਢ ਦਿੱਤਾ ਗਿਆ, ਫਿਰ 2 ਸਾਲਾਂ ਬਾਅਦ ਇਹਨਾਂ ਨੂੰ ਕੱਢ ਦਿੱਤਾ ਗਿਆ, ਇਹਨਾਂ ਨੂੰ ਕੱਢ ਦਿੱਤਾ ਗਿਆ, ਏਦਾਂ ਦਾ ਅਰੇਂਜਮੈਂਟ ਹੋਇਆ ਹੋਇਆ ਵੀ 2-2 ਸਾਲਾਂ ਬਾਅਦ ਇੱਕ ਤਿਹਾਈ ਬੰਦਾ ਜਿਹੜਾ ਹੈ ਉਹ ਆਊਟ ਹੋ ਜਾਂਦਾ, ਕਿਉਂਕਿ ਉਹਨਾਂ ਦੀ ਜਿਹੜੀ 6 ਸਾਲ ਦੀ ਟਰਮ ਹੈ ਉਹ ਖਤਮ ਹੋ ਜਾਂਦੀ। ਤੇ ਇਹ ਸੀਗੀ ਅੱਜ ਦੀ ਕਲਾਸ, ਸਮਰੀ ਦੀ ਵੀਡੀਓ ਆਲਰੇਡੀ ਅਪਲੋਡਡ ਹੈ, ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।